ਤਾਕੜ ਅਫਸਰ ਦੀ ਤਰ੍ਹਾਂ ਇਸ ਅਫਸਰ ਨੇ ਵੀ ਨਕਲੀ ਸਮਾਨ ਵੇਚਣ ਵਾਲੇ ਮੂਰੇ ਮੂਰੇ ਲਗਾ ਲਏ, ਧੜਾ ਧੜ ਫੈਕਟਰੀ ਕਰਤੀ ਸੀਲ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਤਾਕੜ ਅਫਸਰ ਦੀ ਤਰ੍ਹਾਂ ਹੁਣ ਫਿਰੋਜ਼ਪੁਰ ਦੇ ਵਿੱਚ ਵੀ ਫੂਡ ਸੇਫਟੀ ਟੀਮ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ। ਇਸ ਦੇ ਵਿੱਚੋਂ ਅਫਸਰ ਨੇ ਇੱਕ ਪਾਣੀ ਬਣਾਉਣ ਵਾਲੀ ਫੈਕਟਰੀ 'ਤੇ ਤਾਲਾ ਜੜ ਦਿੱਤਾ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਫੂਡ ਸੇਫਟੀ ਟੀਮ ਦੀ ਰੇਡ ਕੀਤੀ ਗਈ। ਇਸ ਦੇ ਚੱਲਦੇ ਫਿਰੋਜ਼ਪੁਰ ਛਾਉਣੀ ਦੇ ਵਿੱਚ ਇੱਕ ਬਾਜ਼ਾਰ ਅੰਦਰ ਇੱਕ ਪਾਣੀ ਬਣਾਉਣ ਦੀ ਫੈਕਟਰੀ ਸੀ, ਜਿਹੜੀ ਕਿ ਹੁਣ ਸੀਲ ਕਰ ਦਿੱਤੀ ਗਈ ਹੈ। ਇਹਨਾਂ ਕੋਲ ਇਹ ਕੰਮ ਕਰਨ ਦਾ ਕੋਈ ਵੀ ਲਾਇਸੈਂਸ ਨਹੀਂ ਸੀ। ਗੰਦ ਮੰਦ ਘੋਲ ਰਹੇ ਸੀ, ਪਾਣੀ ਦੇਖੋ ਕਿਸ ਤਰ੍ਹਾਂ ਬਣਾ ਰਹੇ ਸੀ, ਤਾਂ ਗੰਦੀ ਤਰੀਕੇ ਦੇ ਨਾਲ ਪੈਕੇਜਿੰਗ ਹੋ ਰਹੀ ਸੀ, ਸਰਟੀਫਿਕੇਟ ਦਿਖਾ ਨਹੀਂ ਪਾਏ, ਜਿਸ ਤੋਂ ਬਾਅਦ ਇਸ ਧਾਕੜ ਅਫਸਰ ਨੇ ਹੁਣ ਇਹਨਾਂ ਦੀ ਫੈਕਟਰੀ ਸੀਲ ਕਰ ਦਿੱਤੀ ਹੈ। ਰੇਡ ਮਾਰੀ ਗਈ ਹੈ, ਇਹ ਜਨਰਲ ਚੈਕਿੰਗ ਹੋਈ ਜੀ, ਹਮੇ ਆਰਡਰਸ ਆਏ ਹੋਏ ਕਿ ਜੋ ਵੀ ਪਾਣੀ ਕੀ ਫੈਕਟਰੀ ਚਲਾ ਰਹਾ ਹੈ, ਜੋ ਪੈਕਿੰਗ ਪੈਕੇਜ ਡ੍ਰਿੰਕਿੰਗ ਵਾਟਰ ਵੇਚ ਰਿਹਾ ਹੈ, ਉਸਕੇ ਪਾਸ BIS ਸਰਟੀਫਿਕੇਟ ਹੋਣਾ ਚਾਹੀਏ ਅਲੋਂਗ ਵਿਦ ਫੂਡ ਸੇਫਟੀ ਲਾਇਸੈਂਸ, ਉਹ ਇਨਕੇ ਪਾਸ ਨਹੀਂ ਹੈ ਜੀ। ਇਸਕੇ ਇਲਾਵਾ ਕੌਨ ਕੌਨ ਸੀ ਦੁਕਾਨ, ਕੌਨ ਕੌਨ ਸੀ ਫੈਕਟਰੀ ਹੋਵੇ ਆਪਣੇ ਸਾਹਮਣੇ ਮਾਰੀ ਗਈ ਮਿਲੀ ਥੀ, ਇਹ ਜੋ ਪਲਾਸਟਿਕ ਕਾ ਕੱਪ ਹੈ ਨਾ, ਇਹ ਹਮਨੇ ਦੇਖਾ, ਫਿਰ ਇਸਕਾ ਐਡਰੈਸ ਪਤਾ ਕਰਵਾਇਆ ਕਹਾਂ ਪੇ, ਫਿਰ ਯਹਾਂ ਪੇ ਆਏ ਹਨ, ਲੀਡ ਸੇ ਲੈ ਕੇ ਯਹਾਂ ਪੇ ਆਏ। ਇਸਕੇ ਇਲਾਵਾ ਵੀ ਕੋਈ ਫੈਕਟਰੀ ਚੱਲ ਰਹੀ ਜੀ? ਅਭੀ ਚੈੱਕ ਕਰ ਰਹੇ ਹੈ, ਇਨਵੈਸਟੀਗੇਸ਼ਨ ਜਾਰੀ ਹੈ ਜੀ, ਅਭੀ ਫਿਲਹਾਲ ਹਮੇ ਯਹੀ ਮਿਲੀ ਹੈ। ਅਭੀ ਇਸਕਾ ਇਸਕੇ ਇਲਾਵਾ ਵੀ ਕੌਨ ਕੌਨ ਸੇ ਖਾਦੇ ਪਦਾਰਥੋਂ ਕੇ ਸੈਂਪਲ ਭਰੇ ਹੈ ਜੀ? ਭਰਤੇ ਰਹਤੇ ਜੀ, ਪਿਛਲੇ ਹਫਤੇ ਹਮਨੇ ਘੀ ਕਾ ਜੋ ਥਾ ਵੋ ਉਸਕੇ ਸਟਾਕ ਸੀਜ ਕਿਆ ਜੀ। ਸਰ ਉਹ ਜੋ ਸੈਂਪਲ ਫੇਲ ਆਤੇ ਫਿਰ ਆਪਾਂ ਕਾਰਵਾਈ ਕਿਆ ਕਰਤੇ ਹੈ? ਹੈਲੋ, ਕਾਨੂੰਨ ਕੇ ਹਿਸਾਬ ਸੇ ਕਾਰਵਾਈ ਹੋਤੀ ਹੈ ਜੀ। ਹਾਂਜੀ ਨਮਸਕਾਰ ਜੀ, ਕਿਆ ਕਾਰਵਾਈ ਹੋਤੀ ਹੈ? ਉਸ ਪੇ ਸਜ਼ਾ ਕਾ ਪ੍ਰਾਵਧਾਨ ਹੈ ਜੀ। ਅੱਛਾ ਜੀ, ਕਿੰਨੀ ਸਜ਼ਾ ਕਾ ਸਰ? 6 ਮਹੀਨੇ ਸੇ ਲੈ ਕੇ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਤੱਕ ਹੈ ਜੀ। ਤੇ ਸਰ ਇਹ ਦੁਕਾਨ ਵਗੈਰਾ ਸੀਲ ਵੀ ਕਰੀ ਜਾਂਦੀ ਹੈ ਜੀ? ਹਾਂਜੀ, ਅਗਰ ਹਮੇ ਲਗਤਾ ਹੈ ਕਿ ਜੋ ਕਾਨੂੰਨ ਕੇ ਦਾਇਰੇ ਮੇਂ ਰਹਿ ਕੇ ਕੰਮ ਨਹੀਂ ਕਰ ਰਹਾ, ਉਸਕਾ ਹਮ ਸੀਜ਼ ਕਰ ਰਹੇ ਹੈਂ। ਆਜ ਵੀ ਜੋ ਪਾਣੀ ਕੀ ਫੈਕਟਰੀ ਉਸਕੋ ਵੀ ਸੀਲ ਕਿਆ ਜਾ ਰਹਾ ਹੈ? ਪਾਣੀ ਕੀ ਜੋ ਫੈਕਟਰੀ ਹੈ ਇਸਕੋ ਸੀਜ਼ ਕਰ ਰਹੇ ਹੈਂ ਜੀ। ਇਸਕੇ ਬਾਅਦ ਕੀ ਅਗਲੀ ਕਾਰਵਾਈ ਕਿਆ ਹੋਏਗੀ ਸਰ? ਇਹ ਜਬ ਤੱਕ ਇਹ BIS ਕਾ ਸਰਟੀਫਿਕੇਟ ਨਹੀਂ ਲੈਤੇ ਜੀ, ਤਬ ਤੱਕ ਇਨਕਾ ਇਹ ਕੰਮ ਬੰਦ ਹੈ ਜੀ। ਤਾਕੜ ਅਫਸਰ ਦੀ ਤਰ੍ਹਾਂ ਇਸ ਅਫਸਰ ਨੇ ਵੀ ਨਕਲੀ ਸਮਾਨ ਵੇਚਣ ਵਾਲੇ ਮੂਰੇ ਮੂਰੇ ਲਗਾ ਲਏ, ਧੜਾ ਧੜ ਫੈਕਟਰੀ ਕਰਤੀ ਸੀਲ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਤਾਕੜ ਅਫਸਰ ਦੀ ਤਰ੍ਹਾਂ ਹੁਣ ਫਿਰੋਜ਼ਪੁਰ ਦੇ ਵਿੱਚ ਵੀ ਫੂਡ ਸੇਫਟੀ ਟੀਮ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ। ਇਸ ਦੇ ਵਿੱਚੋਂ ਅਫਸਰ ਨੇ ਇੱਕ ਪਾਣੀ ਬਣਾਉਣ ਵਾਲੀ ਫੈਕਟਰੀ 'ਤੇ ਤਾਲਾ ਜੜ ਦਿੱਤਾ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਫੂਡ ਸੇਫਟੀ ਟੀਮ ਦੀ ਰੇਡ ਕੀਤੀ ਗਈ। ਇਸ ਦੇ ਚੱਲਦੇ ਫਿਰੋਜ਼ਪੁਰ ਛਾਉਣੀ ਦੇ ਵਿੱਚ ਇੱਕ ਬਾਜ਼ਾਰ ਅੰਦਰ ਇੱਕ ਪਾਣੀ ਬਣਾਉਣ ਦੀ ਫੈਕਟਰੀ ਸੀ, ਜਿਹੜੀ ਕਿ ਹੁਣ ਸੀਲ ਕਰ ਦਿੱਤੀ ਗਈ ਹੈ। ਇਹਨਾਂ ਕੋਲ ਇਹ ਕੰਮ ਕਰਨ ਦਾ ਕੋਈ ਵੀ ਲਾਇਸੈਂਸ ਨਹੀਂ ਸੀ। ਗੰਦ ਮੰਦ ਘੋਲ ਰਹੇ ਸੀ, ਪਾਣੀ ਦੇਖੋ ਕਿਸ ਤਰ੍ਹਾਂ ਬਣਾ ਰਹੇ ਸੀ, ਤਾਂ ਗੰਦੀ ਤਰੀਕੇ ਦੇ ਨਾਲ ਪੈਕੇਜਿੰਗ ਹੋ ਰਹੀ ਸੀ, ਸਰਟੀਫਿਕੇਟ ਦਿਖਾ ਨਹੀਂ ਪਾਏ, ਜਿਸ ਤੋਂ ਬਾਅਦ ਇਸ ਧਾਕੜ ਅਫਸਰ ਨੇ ਹੁਣ ਇਹਨਾਂ ਦੀ ਫੈਕਟਰੀ ਸੀਲ ਕਰ ਦਿੱਤੀ ਹੈ। ਸਰ ਇਹ ਰੇਡ ਮਾਰੀ ਗਈ ਹੈ, ਇਹ ਜਨਰਲ ਚੈਕਿੰਗ ਹੋਈ ਜੀ, ਹਮੇ ਆਰਡਰਸ ਆਏ ਹੋਏ ਕਿ ਜੋ ਵੀ ਪਾਣੀ ਕੀ ਫੈਕਟਰੀ ਚਲਾ ਰਹਾ ਹੈ, ਜੋ ਪੈਕਿੰਗ ਪੈਕੇਜ ਡ੍ਰਿੰਕਿੰਗ ਵਾਟਰ ਵੇਚ ਰਿਹਾ ਹੈ, ਉਸਕੇ ਪਾਸ BIS ਸਰਟੀਫਿਕੇਟ ਹੋਣਾ ਚਾਹੀਏ ਅਲੋਂਗ ਵਿਦ ਫੂਡ ਸੇਫਟੀ ਲਾਇਸੈਂਸ, ਉਹ ਇਨਕੇ ਪਾਸ ਨਹੀਂ ਹੈ ਜੀ। ਇਸਕੇ ਇਲਾਵਾ ਕੌਨ ਕੌਨ ਸੀ ਦੁਕਾਨ, ਕੌਨ ਕੌਨ ਸੀ ਫੈਕਟਰੀ ਹੋਵੇ ਆਪਣੇ ਸਾਹਮਣੇ ਮਾਰੀ ਗਈ ਮਿਲੀ ਥੀ, ਇਹ ਜੋ ਪਲਾਸਟਿਕ ਕਾ ਕੱਪ ਹੈ ਨਾ, ਇਹ ਹਮਨੇ ਦੇਖਾ, ਫਿਰ ਇਸਕਾ ਐਡਰੈਸ ਪਤਾ ਕਰਵਾਇਆ ਕਹਾਂ ਪੇ, ਫਿਰ ਯਹਾਂ ਪੇ ਆਏ ਹਨ, ਲੀਡ ਸੇ ਲੈ ਕੇ ਯਹਾਂ ਪੇ ਆਏ। ਇਸਕੇ ਇਲਾਵਾ ਵੀ ਕੋਈ ਫੈਕਟਰੀ ਚੱਲ ਰਹੀ ਜੀ? ਅਭੀ ਚੈੱਕ ਕਰ ਰਹੇ ਹੈਂ, ਇਨਵੈਸਟੀਗੇਸ਼ਨ ਜਾਰੀ ਹੈ ਜੀ, ਅਭੀ ਫਿਲਹਾਲ ਹਮੇ ਯਹੀ ਮਿਲੀ ਹੈ। ਅਭੀ ਇਸਕਾ ਇਸਕੇ ਇਲਾਵਾ ਵੀ ਕੌਨ ਕੌਨ ਸੇ ਖਾਦੇ ਪਦਾਰਥੋਂ ਕੇ ਸੈਂਪਲ ਭਰੇ ਹੈਂ ਜੀ? ਭਰਤੇ ਰਹਤੇ ਜੀ, ਪਿਛਲੇ ਹਫਤੇ ਹਮਨੇ ਘੀ ਕਾ ਜੋ ਥਾ ਵੋ ਉਸਕੇ ਸਟਾਕ ਸੀਜ਼ ਕਿਆ ਜੀ। ਸਰ ਉਹ ਜੋ ਸੈਂਪਲ ਫੇਲ ਆਤੇ ਫਿਰ ਆਪਾਂ ਕਾਰਵਾਈ ਕਿਆ ਕਰਤੇ ਹੈਂ? ਹੈਲੋ, ਕਾਨੂੰਨ ਕੇ ਹਿਸਾਬ ਸੇ ਕਾਰਵਾਈ ਹੋਤੀ ਹੈ ਜੀ। ਹਾਂਜੀ ਨਮਸਕਾਰ ਜੀ, ਕਿਆ ਕਾਰਵਾਈ ਹੋਤੀ ਹੈ? ਉਸ ਪੇ ਸਜ਼ਾ ਕਾ ਪ੍ਰਾਵਧਾਨ ਹੈ ਜੀ। ਅੱਛਾ ਜੀ, ਕਿੰਨੀ ਸਜ਼ਾ ਕਾ ਸਰ? 6 ਮਹੀਨੇ ਸੇ ਲੈ ਕੇ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਤੱਕ ਹੈ ਜੀ। ਤੇ ਸਰ ਇਹ ਦੁਕਾਨ ਵਗੈਰਾ ਸੀਲ ਵੀ ਕਰੀ ਜਾਂਦੀ ਹੈ ਜੀ? ਹਾਂਜੀ, ਅਗਰ ਹਮੇ ਲਗਤਾ ਹੈ ਕਿ ਜੋ ਕਾਨੂੰਨ ਕੇ ਦਾਇਰੇ ਮੇਂ ਰਹਿ ਕੇ ਕੰਮ ਨਹੀਂ ਕਰ ਰਹਾ, ਉਸਕਾ ਹਮ ਸੀਜ਼ ਕਰ ਰਹੇ ਹੈਂ। ਆਜ ਵੀ ਜੋ ਪਾਣੀ ਕੀ ਫੈਕਟਰੀ ਉਸਕੋ ਵੀ ਸੀਲ ਕਿਆ ਜਾ ਰਹਾ ਹੈ? ਪਾਣੀ ਕੀ ਜੋ ਫੈਕਟਰੀ ਹੈ ਇਸਕੋ ਸੀਜ਼ ਕਰ ਰਹੇ ਹੈਂ ਜੀ।
इसके बाद क्या अगली कार्रवाई क्या होगी सर? ये जब तक ये BIS का सर्टिफिकेट नहीं लेते जी, तब तक इनका ये काम बंद है जी।